ਅੰਮ੍ਰਿਤਸਰ ਵਿਖੇ ਪੰਜ ਪਿਆਰਿਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ 'ਚ ਉਹਨਾਂ ਕਾਂਗਰਸ ਅਤੇ ਅਕਾਲੀ ਦਲ 'ਤੇ ਖੂਬ ਨਿਸ਼ਾਨੇ ਸਾਧੇ। ਪੰਜ ਪਿਆਰਿਆਂ ਨੇ ਬਾਦਲ ਪਰਿਵਾਰ 'ਤੇ ਦੋਸ਼ ਲਾਇਆ ਕਿ ਬਾਦਲਾਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ। ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਵੱਲੋਂ 7 ਅਕਤੂਬਰ ਨੂੰ ਰੈਲੀ ਇਸ ਕਰਕੇ ਕੀਤੀਆਂ ਜਾ ਰਹੀਆਂ ਨੇ ਕਿ ਉਹ ਲੋਕਾਂ ਦਾ ਧਿਆਨ ਬੇਅਦਬੀ ਦੇ ਦੋਸ਼ੀਆਂ ਤੋਂ ਹਟਾ ਸਕਣ। ਉਹਨਾਂ ਸਿੱਖ ਸੰਗਤਾਂ ਨੂੰ ਬਰਗਾੜੀ ਰੋਸ ਮਾਰਚ 'ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਪੰਜ ਸਿੰਘਾਂ ਨੇ ਆਪਣੇ ਲਿਖਤੀ ਬਿਆਨ ਰਾਹੀਂ 7 ਅਕਤੂਬਰ ਨੂੰ ਬਰਗਾੜੀ ਵਿਖੇ ਹੋਣ ਵਾਲੀ ਵਿਸ਼ਾਲ ਇਕੱਤਰਤਾ ਦੇ ਸੰਦਰਭ ਵਿੱਚ ਦਿੱਤੇ। ਉਹਨਾਂ ਕਿਹਾ ਕਿ ਬਾਦਲਕਿਆਂ ਨੇ ਕੌਮ ਨੂੰ ਗੁੰਮਰਾਹ ਕਰਨ ਲਈ ਪਟਿਆਲਾ ਵਿਖੇ ਆਪਣੇ ਗਵਾਚੇ ਹੋਏ ਸਿਆਸੀ ਵਿਕਾਰ ਨੂੰ ਬਹਾਲ ਕਰਨ ਲਈ ਰੈਲੀ ਰੱਖੀ ਹੈ। ਇਸ ਗੱਲ ਤੋਂ ਸਿੱਖ ਸੰਗਤਾਂ ਭਲੀ ਭਾਂ ਜਾਣੂ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਦੋਸ਼ੀ ਬਾਦਲਕਿਆਂ ਦੀ ਜ਼ਮੀਰ ਮਰ ਚੁੱਕੀ ਹੈ। ਉਹਨਾਂ ਵਿੱਚ ਨਾ ਤਾਂ ਹੁਣ ਸਿੱਖੀ ਜਜ਼ਬਾ ਹੈ ਅਤੇ ਨਾ ਹੀ ਸਿੱਖ ਕੌਮ ਦੀ ਦੇਸਾਂ ਵਿਦੇਸਾਂ ਵਿੱਚ ਨਿਰੰਤਰ ਘਾਣ ਬਾਰੇ ਕੋਈ ਚਿੰਤਾ ਹੈ। ਉਹ ਤਾਂ ਬਸ ਪੰਥਕ ਮਖੌਟਾ ਪਾ ਕੇ ਕੌਮ ਦੇ ਹਿੱਤਾਂ ਨੂੰ ਵੇਚ ਰਹੇ ਹਨ। ਉਹਨਾਂ ਇਹ ਵੀ ਦੋਸ਼ ਲਾਏ ਕਿ ਟਕਸਾਲੀ ਅਕਾਲੀ ਆਗੂ ਜੋ ਕਿ ਬਾਦਲ ਪਰਿਵਾਰ ਦੇ ਖਿਲਾਫ਼ ਬੋਲਣ ਲੱਗੇ ਨੇ, ਉਹ ਤਾਂ ਹੀ ਬੋਲਣ ਜੇਕਰ ਉਹਨਾਂ ਨੂੰ ਪੰਥਕ ਹਿੱਤਾਂ ਦੀ ਕੋਈ ਚਿੰਤਾ ਹੈ। ਜੇਕਰ ਟਕਸਾਲੀ ਆਗੂ ਨੇ ਅਵਤਾਰ ਸਿੰਘ ਮੱਕੜ ਦੀ ਤਰ੍ਹਾਂ ਯੂ ਟਰਨ ਲੈਣਾ ਹੈ ਤਾਂ ਉਸ ਨਾਲੋਂ ਚੰਗਾ ਹੈ ਕਿ ਉਹ ਚੁੱਪ ਹੀ ਰਹਿਣ। ਅਕਾਲੀ ਦਲ ਦੀ ਡਿੱਗਦੀ ਹੋਈ ਸਾਖ ਨੂੰ ਵੇਖ ਕੇ ਅੱਜ ਕੁਝ ਟਕਸਾਲੀ ਅਕਾਲੀ ਆਗੂਆਂ ਨੇ ਜ਼ਬਾਨ ਖੋਲ੍ਹਣ ਦੀ ਜ਼ਰੂਰਤ ਕੀਤੀ ਹੈ, ਪਰ ਸਿੱਖ ਸੰਗਤਾਂ ਆਮ ਤੌਰ 'ਤੇ ਸਵਾਲ ਕਰ ਰਹੀਆਂ ਹਨ ਕਿ 3 ਸਾਲ ਕਿੱਥੇ ਸੁੱਤੇ ਰਹੇ। ਪੰਜ ਸਿੰਘਾਂ ਨੇ ਕਿਹਾ ਕਿ ਬਾਦਲਕਿਆਂ ਦੀ ਮੁਖਾਲਫਤ ਕਰਨ ਵਾਲੇ ਇਹਨਾਂ ਅਕਾਲੀ ਆਗੂਆਂ ਨੂੰ ਆਪਣੀ ਪੰਥਕ ਵਫ਼ਾਦਾਰੀ ਦਾ ਸਬੂਤ ਦੇਣ ਲਈ ਬੜਾ ਲੰਬਾ ਪੈਂਡਾ ਤੈਅ ਕਰਨਾ ਹੋਵੇਗਾ। ਪੰਜਾਂ ਸਿੰਘਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵੱਲੋਂ 7 ਅਕਤੂਬਰ ਨੂੰ ਲੰਬੀ ਵਿਖੇ ਕੀਤੀ ਜਾ ਰਹੀ ਸਿਆਸੀ ਰੈਲੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਬਾਦਲਕਿਆਂ ਨਾਲ ਦੋਸਤਾਨਾ ਮੈਚ ਖੇਡਿਆ ਜਾ ਰਿਹਾ ਹੈ, ਜਿਸ ਦਾ ਮੁੱਖ ਮੰਤਵ ਬਰਗਾੜੀ ਵਿਖੇ ਸੰਗਤਾਂ ਦੇ ਇਕੱਠ ਨੂੰ ਰੋਕਣਾ ਹੈ। ਕੈਪਟਨ ਅਮਰਿੰਦਰ ਸਿੰਘ ਦੀਆਂ ਇਹਨਾਂ ਲੂੰਬੜ ਚਾਲਾਂ ਤੋਂ ਸੁਚੇਤ ਰਹਿਣ ਦੀ ਪੰਜਾਂ ਸਿੰਘਾਂ ਵੱਲੋਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ। ਇੱਕ ਪਾਸੇ ਜਿੱਥੇ ਦੋਵਾਂ ਪਾਰਟੀ ਆਪਣੇ ਸਿਆਸੀ ਜ਼ੋਰ ਨੂੰ ਦਿਖਾਉਣ ਲਈ ਰੈਲੀਆਂ ਕਰਨ ਜਾ ਰਹੀਆਂ ਨੇ, ਅਤੇ ਉੱਥੇ ਹੀ ਦੂਸਰੇ ਪਾਸੇ ਸਿੱਖ ਸਮਾਜ ਵੱਲੋਂ ਬਰਗਾੜੀ 'ਚ ਹੋਣ ਜਾ ਰਹੇ ਰੋਸ ਮਾਰਚ ਨੂੰ ਸਫਲ ਕਰਨ ਦੇ ਵੀ ਦਾਅਵੇ ਕੀਤੇ ਜਾ ਰਹੇ ਨੇ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।